ਵਾਹਿਗੁਰੂ ਜੀ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਸੰਗਤ ਗੱਜ ਕੇ ਸੰਗਤ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਓ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਓਏ ਆਪਣੀ ਭਗਤੀ ਲਾਏ ਆਪਣੀ ਭਗਤੀ ਕਰੋ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਓ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਓ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਫਿਰਤ ਫਿਰਤ ਪ੍ਰਭ ਭਰਿਆ ਤੋ ਸਰਣਾਏ 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 ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਓਏ ਆਪਣੀ ਭਗਤੀ ਲਾਏ ਆਪਣੀ ਭਗਤੀ ਓਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਓਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਪ੍ਰਭ ਮੇਰਾ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਓ ਭਰਿਆ ਤੋ ਸਰਣਾਏ ਨਾਨਕ
की प्रभ बेनती अपनी भगती लाए। परम सत्कार योग गुरु की साजिन वाजी साध संग जियो, आओ सब तो पहला दोवें हाथ जोड़ के बेनती प्रवान करियो। दोवें हाथ जोड़ के धन श्री गुरु ग्रंथ साहिब महाराज जी नूं सीस चुका के गज के फतेह बुलाओ। आखो जी वाहेगुरु जी का खालसा वाहेगुरु जी की फतेह। आओ दास तो पहला बेअंत महापुरखा ने हाजरियां भरियां, हुणे हुण पंथ दे विद्वान भाई साहब भाई सरबजीत सिंह जी लुधियाने वाले जिन्हां नूं अक्सर तुसीं टीवी ते सुणदे रहिंदे हो, ओह हाजरी भर के गए ने। आओ प्यारिओ बच्चे जिहड़े स्कूल च पढ़दे ने ना, उन्हां नूं स्कूल वाले एक डायरी दिंदे आ। उस डायरी ते 365 दिन छपे होंदे, 365 दिनां दी हुंदी है जां 66। ते प्यारिओ आपां वी जदों मात लोक ते आए आ ना, परमात्मा ने भी सानू एक डायरी दे के भेजिया मात लोक ते। ओ डायरी दे पन्ने किन्ने ने? केवल 3। किन्ने जी? 3 पन्ने ने, 3 पेज ने, 3 सफे ने उस डायरी दे। ते प्यारिओ उन्हां विच्चों पहला ते अखीरला पन्ना रब ने पहला ही भरिया होया है। एक पन्ना खाली है, पहला जम्मण दा ते अखीरला मरण दा, ए पहला ही लिखिया होया है। ते प्यारिओ केवल साडे कोल एक पन्ना बचदा विचकारला, ओहदे उत्ते आपां की लिखणा, ओहदे उत्ते आपां की छापणा, ओह अपनी मर्जी है। परमात्मा ने सानू कर्म करन वास्ते स्वतंत्र कीता होया है, पर कीते हुए कर्मां नू भोगण वास्ते प्रतंत्र होना पैंदा है। क्योंकि प्यारिओ जिहड़े कर्म कीते हुंदे ने ना, ਉਹ ਭੋਗਣੇ ਪੈਂਦੇ ਨੇ। ਕਰਮ ਕਰਨ ਵਾਸਤੇ ਅਸੀਂ ਸੁਤੰਤਰ ਆਜ਼ਾਦ ਆ। ਤੇ ਲਿਖਿਆ ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ, ਇਹ ਭੋਗਣ ਤੋਂ ਬਗੈਰ ਜਾਂਦੀ ਨਹੀਂ, ਇਹ ਭੋਗਣਾ ਪੈਂਦਾ। ਕਹਿੰਦੇ ਇੱਕ ਵਾਰੀ ਇੱਕ ਮਹਾਂਪੁਰਖ, ਆਓ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਆ। ਮਹਾਂਪੁਰਖ ਜਿਹੜੇ ਨੇ ਭਗਤੀ ਕਰਦੇ ਨੇ, ਉਹਨਾਂ ਦਾ ਇੱਕ ਰਾਜਾ ਬੜਾ ਪ੍ਰੇਮੀ ਹੈ। ਰਾਜੇ ਨੇ ਉਹਨਾਂ ਮਹਾਂਪੁਰਖਾਂ ਦੀ ਕੁਟੀਆ ਆਪਣੇ ਮਹਿਲਾਂ ਦੇ ਬਾਹਰ ਨੇੜੇ ਬਣਾ ਦਿੱਤੀ, ਮਹਿਲਾਂ ਦੇ ਸਾਹਮਣੇ। ਮਹਾਂਪੁਰਖਾਂ ਕੋਲ ਸਵੇਰੇ ਸ਼ਾਮ ਜਾਂਦਾ ਮਹਾਰਾਜਾ, ਤੇ ਕੁਝ ਸਮੇਂ ਬਾਅਦ ਰਾਜੇ ਦੇ ਬੇਟੇ ਦਾ ਵਿਆਹ ਹੋ ਗਿਆ। ਜਦੋਂ ਵਿਆਹ ਹੋਇਆ ਤੇ ਵਿਆਹ ਕੇ ਜਿਹੜੀ ਲੜਕੀ ਘਰ ਆਈ ਹੈ, ਲੜਕਾ ਸੌਂ ਗਿਆ, ਲੜਕੀ ਨੂੰ ਨੀਂਦ ਨਹੀਂ ਆ ਰਹੀ। ਉਹ ਇੱਧਰ ਉੱਧਰ ਟਹਿਲ ਰਹੀ ਹੈ, ਵੇਖਦੀ ਹੈ ਕਮਰੇ ਵਿੱਚ। ਵੇਖਦਿਆਂ ਵੇਖਦਿਆਂ ਉਹਦੀ ਨਿਗਾਹ ਇੱਕ ਤਲਵਾਰ ਤੇ ਪੈ ਗਈ, ਕਿਰਪਾਨ ਜਿਹੜੀ ਕਿੱਲੀ ਤੇ ਟੰਗੀ ਹੋਈ ਹੈ, ਵਿਆਹਣ ਲੱਗਿਆ ਜਿਹੜਾ ਹੱਥ 'ਚ ਫੜ ਕੇ ਗਿਆ ਸੀ ਲੜਕਾ। ਤੇ ਪਿਆਰਿਓ ਜਿਹੜੀ ਤਲਵਾਰ ਸੀ ਨਾ, ਉਹਨੇ ਮਿਆਨ ਚੋਂ ਕੱਢੀ, ਜਦੋਂ ਧਾਰ ਤੇ ਹੱਥ ਲਾਇਆ, ਜਦੋਂ ਚੀਰਾ ਆਇਆ ਤੇ ਇੱਕ ਦਰਮ ਤਲਵਾਰ ਥੱਲੇ ਡਿੱਗ ਗਈ। ਤੇ ਡਿੱਗ ਕੇ ਉਹ ਜਿਹੜਾ ਰਾਜਕੁਮਾਰ ਸੁੱਤਾ ਪਿਆ ਸੀ, ਉਹਦੇ ਘਰ ਵਾਲਾ ਉਹਦੇ ਧੌਣ ਤੇ ਲੱਗੀ, ਸਾਰਾ ਰੱਗ ਵੱਢੀ ਗਈ ਤੇ ਉਹਦੀ ਮੌਤ ਹੋ ਗਈ।
ਹੁਣ ਰਾਤ ਦਾ ਸਮੇਂ ਬੜੀ ਅੱਜ ਵੀ ਲੱਗੀ, ਹੁਣ ਕੀ ਕੀਤਾ ਜਾਵੇ, ਮੈਨੂੰ ਮਾਰ ਦਿੱਤਾ ਜਾਏਗਾ। ਕੀ ਵੇਖਦੀ ਹੈ ਸਵੇਰੇ ਅੰਮ੍ਰਿਤ ਵੇਲੇ ਮਹਾਂਪੁਰਖ ਟਹਿਲ ਰਹੇ ਨੇ, ਬਾਹਰ ਘੁੰਮਦੇ ਵੇਖ ਕੇ ਰੌਲੀ ਪਾ ਦਿੱਤੀ, ਕਹਿੰਦੀ ਉਹ ਬਾਬੇ ਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ। ਜਦੋਂ ਰਾਜੇ ਨੂੰ ਪਤਾ ਲੱਗਾ, ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਬਾਬਾ ਤੈਨੂੰ ਮੈਂ ਗੁਰੂ ਬਣਾਇਆ ਸੀ, ਤੈਨੂੰ ਆਪਣੇ ਪਰਿਵਾਰ ਦੇ ਰਾਜ ਦੇ ਭਲੇ ਵਾਸਤੇ ਇੱਥੇ ਬਿਠਾਇਆ ਸੀ, ਤੇ ਤੂੰ ਆਹ ਕੀ ਕਰ ਦਿੱਤਾ, ਮੇਰੇ ਪੁੱਤਰ ਦਾ ਕਤਲ ਹੀ ਕਰ ਦਿੱਤਾ। ਉਹਨੇ ਬਥੇਰਾ ਕਿਹਾ, ਪਰ ਕਾਹਨੂੰ ਉਸ ਲੜਕੀ ਨੇ ਕਿਹਾ ਜੀ ਇਸੇ ਨੇ ਮਾਰਿਆ। ਤੇ ਗੱਲ ਇੰਜ ਹੋਈ, ਜਦੋਂ ਮਹਾਤਮਾ ਨੂੰ ਸਜਾਏ ਮੌਤ ਦੇਣ ਲੱਗੇ, ਵਜ਼ੀਰ ਕਹਿੰਦੇ ਜੀ ਇੰਜ ਕਰੋ, ਫਿਰ ਵੀ ਨਾਮ ਜਪਣ ਵਾਲਾ ਮਹਾਤਮਾ ਇਹਨੂੰ ਮਾਰੋ ਨਾ, ਜਿਹੜੇ ਹੱਥ ਨਾਲ ਇਹਨੇ ਕਤਲ ਕੀਤਾ ਇਹਦਾ ਇੱਕ ਹੱਥ ਵੱਢ ਦਿਓ। ਤੇ ਪਿਆਰਿਓ ਰਾਜੇ ਨੇ ਉਹਦਾ ਹੱਥ ਵੱਢ ਦਿੱਤਾ, ਤੇ ਜਿਹੜਾ ਮਹਾਤਮਾ ਇੱਕ ਦਿਨ ਸੋਚ ਰਿਹਾ, ਸੋਚਦਿਆਂ ਸੋਚਦਿਆਂ ਮਨ 'ਚ ਵਿਚਾਰ ਆਈ ਕਿ ਇਹ ਮੈਨੂੰ ਇਹ ਰੱਬਾ ਤੈਨੂੰ ਵੀ ਪਤਾ ਕਿ ਕਤਲ ਮੈਂ ਨਹੀਂ ਕੀਤਾ, ਮੈਨੂੰ ਵੀ ਪਤਾ ਵੀ ਕਤਲ ਮੈਂ ਨਹੀਂ ਕੀਤਾ, ਫਿਰ ਮੈਨੂੰ ਇਹ ਸਜ਼ਾ ਕਾਹਦੀ। ਤੇ ਪਿਆਰਿਓ ਸਜ਼ਾ ਉਹਨੂੰ ਆਕਾਸ਼ਬਾਣੀ ਹੋਈ ਵੀ ਪਿਛਲੇ ਜਨਮ ਵਿੱਚ ਵੀ ਤੂੰ ਭਗਤੀ ਸੈਂ, ਤੂੰ ਭਗਤੀ ਕਰ ਰਿਹਾ ਸੈਂ, ਤੇ ਤੇਰੇ ਕੋਲੋਂ ਭਗਤੀ ਕਰਦਿਆਂ ਦੇ ਕੋਲੋਂ ਇੱਕ ਗਾਂ ਲੰਘੀ, ਗਾਂ ਉਹਦੇ ਮਗਰ ਕਸਾਈ ਲੱਗਾ ਹੋਇਆ, ਕਸਾਈ ਨੇ ਤੈਨੂੰ ਪੁੱਛਿਆ ਤੂੰ ਗਾਂ ਤਾਂ ਨਹੀਂ ਵੇਖੀ, ਤੇ ਤੂੰ ਹੱਥ ਨਾਲ ਇਸ਼ਾਰਾ ਕਰ ਦਿੱਤਾ ਭਗਤੀ ਕਰਦੇ ਨੇ ਵੀ ਇੱਧਰ ਨੂੰ ਗਈ ਹੈ। ਕਹਿਣ ਲੱਗਾ ਇਹ ਜਿਹੜਾ ਕਰਮਾਂ ਦਾ ਚੱਕਰ ਹੈ ਸਾਰਾ। ਕਹਿਣ ਲੱਗਾ ਜੀ ਕਿਵੇਂ? ਕਹਿੰਦੇ ਤੂੰ ਮਰ ਕੇ ਫੇਰ ਮਹਾਤਮਾ ਬਣ ਗਿਆ, ਭਗਤੀ ਕਰਦਾ ਸੀ, ਉਹ ਜਿਹੜੀ ਗਾਂ ਸੀ ਮਰ ਕੇ ਆਹ ਕੁੜੀ ਬਣ ਗਈ, ਤੇ ਜਿਹੜਾ ਕਸਾਈ ਸੀ ਉਹਦਾ ਕਿਤੇ ਕੋਈ ਪੁੰਨ ਅੱਗੇ ਆ ਗਿਆ, ਉਹ ਰਾਜਕੁਮਾਰ ਬਣ ਗਿਆ। ਕਹਿਣ ਲੱਗੇ ਕਿ ਰਾਜਕੁਮਾਰ ਨੂੰ ਉਸ ਲੜਕੀ ਨੇ ਉਹਦਾ ਗਲ ਵੱਢਿਆ, ਕਿਉਂ? ਕਿਉਂਕਿ ਪਹਿਲਾਂ ਇਹਨੇ ਉਹਦਾ ਗਲ ਵੱਢਿਆ ਸੀ। ਤੇ ਤੈਨੂੰ ਸਜ਼ਾ ਸਿਰਫ ਇਸ ਗੱਲ ਦੀ ਹੈ ਕਿ ਤੂੰ ਹੱਥ ਨਾਲ ਇਸ਼ਾਰਾ ਕੀਤਾ ਸੀ, ਤੇਰਾ ਹੱਥ ਤਾਂ ਵੱਢਿਆ ਗਿਆ। ਭੋਗਿਆ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ ਪੜਿਆ ਕਰਦੇ। ਭੋਗ ਮਨਾ ਭੋਗ ਮਨਾ ਚਿੱਤ ਲਾ ਕੇ ਲਿਖੀਆਂ ਲਿਖਦੀਆਂ, ਭੋਗ ਮਨਾ ਚਿੱਤ ਲਾ ਕੇ ਲਿਖੀਆਂ ਲਿਖਦੀਆਂ, ਭੋਗ ਮਨਾ ਭੋਗ ਮਨਾ ਚਿੱਤ ਲਾ ਕੇ ਲਿਖੀਆਂ ਲਿਖਦੀਆਂ, ਭੋਗ ਮਨਾ ਚਿੱਤ ਲਾ ਕੇ ਲਿਖੀਆਂ, ਭੋਗ ਮਨਾ ਭੋਗ ਮਨਾ ਚਿੱਤ ਲਾ ਕੇ ਲਿਖੀਆਂ ਲਿਖਦੀਆਂ, 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 ਭੋਗ ਮਨਾ ਚਿੱਤ ਲਾ ਕੇ ਲਿਖੀਆਂ, ਭੋਗ ਮਨਾ ਚਿੱਤ ਲਾ ਕੇ ਲਿਖੀਆਂ ਲਿਖਦੀਆਂ, ਭੋਗ ਮਨਾ ਚਿੱਤ ਲਾ ਕੇ ਲਿਖੀਆਂ ਲਿਖਦੀਆਂ, ਭੋਗ ਮਨਾ ਤੂੰ ਭੋਗ ਮਨਾ ਭੋਗ ਮਨਾ ਤੂੰ ਭੋਗ ਮਨਾ, ਭੋਗ ਮਨਾ ਤੂੰ ਭੋਗ ਮਨਾ, ਭੋਗ ਮਨਾ ਤੂੰ ਭੋਗ, ਭੋਗ ਮਨਾ ਤੂੰ ਭੋਗ ਮਨਾ, ਭੋਗ ਮਨਾ ਤੂੰ ਭੋਗ ਮਨਾ,
ਕਿਤਲਾ ਕੇ ਲਿਖੀਆਂ ਲੇਖਦੀਆਂ ਭੋਗ ਮਨਾ ਕਿਤਲਾ ਕੇ ਲਿਖੀਆਂ ਲੇਖਦੀਆਂ ਭੋਗ ਮਨਾ ਕਿਤਲਾ ਕੇ ਲਿਖੀਆਂ ਲੇਖਦੀਆਂ ਭੋਗ ਮਨਾ ਕਿਤਲਾ ਕੇ ਲਿਖੀਆਂ ਭੋਗ ਮਨਾ ਚਿਤਲਾ ਕੇ ਲਿਖੀਆਂ ਲੇਖਦੀਆਂ ਭੋਗ ਮਨਾ ਚਿਤਲਾ ਕੇ ਲਿਖੀਆਂ ਲੇਖਦੀਆਂ ਦੱਦਾ ਦੋਸ ਨੰਦ ਕਿਸੈ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਤੀਜੈ ਅਵਰ ਜਨਾ ਦੱਦਾ ਦੋਸ ਨ ਦੇਹੋ ਕਿਸੈ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀਜੈ ਅਵਰ ਜਨਾ ਆਪਾਂ ਬੇਨਤੀ ਕਰ ਰਹੇ ਸਾਂ ਕਿ ਸਾਨੂੰ ਕਰਮ ਕਰਨ ਵਾਸਤੇ ਪਰਮਾਤਮਾ ਨੇ ਸੁਤੰਤਰ ਕੀਤਾ ਹੈ ਪਰ ਭੋਗਣ ਵਾਸਤੇ ਪ੍ਰਤੰਤਰਾਂ ਭੋਗਣਾ ਜ਼ਰੂਰ ਪੈਂਦਾ ਹੈ ਆਓ ਪਿਆਰਿਓ ਬੇਨਤੀ ਕੀਤੀ ਹੈ ਕਿ ਸਾਡੀ ਡਾਇਰੀ ਦੇ ਕਿੰਨੇ ਪੇਜ ਨੇ ਜੀ ਤਿੰਨ ਪੇਜ ਨੇ ਸਾਡੀ ਡਾਇਰੀ ਦੇ ਜਿਹੜਾ ਪਹਿਲਾ ਜੰਮਣ ਦਾ ਜੰਮਣ ਮਰਨਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਇਹ ਉਹਦਾ ਹੁਕਮ ਵਿੱਚ ਹੈ ਤੇ ਜਿਹੜਾ ਵਿਚਕਾਰਲਾ ਜਿਹੜਾ ਸਫ਼ਾ ਹੈ ਨਾ ਉਹ ਸਾਡੇ ਵਾਸਤੇ ਹੈ ਉਹਦੇ ਉੱਤੇ ਆਪਾਂ ਕੀ ਲਿਖਣਾ ਹੈ ਉਹ ਜਿਹੜੇ ਆਪਾਂ ਕਰਮ ਕਰਾਂਗੇ ਨਾ ਉਹ ਲਿਖੇ ਜਾਣੇ ਨੇ ਗੱਜ ਕੇ ਆਖੋ ਸਤਨਾਮ ਇਹ ਜਿਹੜੇ ਕਰਮ ਕਰਨ ਵਾਸਤੇ ਸਾਨੂੰ ਸੁਤੰਤਰ ਕੀਤਾ ਲਿਖੇ ਜਾਣੇ ਨੇ ਭਾਵੇਂ ਤੂੰ ਉਸ ਕਾਗਜ਼ ਉੱਤੇ ਸਤਸੰਗ ਕਰਕੇ ਲਿਖ ਦੇ ਤੇ ਭਾਵੇਂ ਕੋਈ ਸੰਗਤ ਲਿਖ ਦੇ ਭਾਵੇਂ ਤੂੰ ਪਾਪ ਲਿਖਾ ਲੈ ਤੇ ਭਾਵੇਂ ਤੂੰ ਪੁੰਨ ਲਿਖਾ ਲੈ ਜੋ ਤੂੰ ਕਰੇਗਾ ਉਹ ਲਿਖਿਆ ਜਾਣਾ ਸੋ ਪਿਆਰਿਓ ਆਓ ਇਹ ਜਿਹੜੀ ਸਾਨੂੰ ਡਾਇਰੀ ਮਿਲੀ ਹੈ ਇਹਦੇ ਵਿਚਕਾਰਲੇ ਪੰਨੇ ਦੇ ਵਿੱਚ ਆਪਾਂ ਕਰਨਾ ਕੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਪਰ ਮਹਾਰਾਜ ਜੀ ਹੋਰ ਲਿਖਦੇ ਨੇ ਲਾਹੇ ਕੋ ਤੂੰ ਢੀਲਾ ਢੀਲਾ ਜਿਹੜੇ ਪਾਸੇ ਲਾਹਾ ਮਿਲਣਾ ਹੋਵੇ ਨਾ ਬਾਣੀ ਦਾ ਫੁਰਮਾਨ ਹੈ ਲਾਹੇ ਕੋ ਤੂੰ ਢੀਲਾ ਢੀਲਾ ਢਿੱਲਾ ਢਿੱਲਾ ਚੱਲਦਾ ਤੋਟੇ ਕੋ ਬੇਗ ਧਾਇਆ ਜਿਹੜੇ ਪਾਸੇ ਘਾਟਾ ਪੈਣਾ ਵੇ ਤੋਟਾ ਨਾਮ ਘਾਟੇ ਦਾ ਹੈ ਘਾਟੇ ਵਾਲੇ ਪਾਸੇ ਦੌੜ ਕੇ ਜਾਏਗਾ ਤੇ ਪਿਆਰਿਓ ਗੁਰਬਾਣੀ ਦਾ ਫੁਰਮਾਨ ਹੈ ਚੰਗਿਆਈ ਆਲਕ ਕਰੇ ਆਲਕ ਨਾਮ ਆਲਸ ਦਾ ਹੈ ਦਲਿੱਦਰ ਦਾ ਹੈ ਜੇ ਚੰਗਾ ਕੰਮ ਕਰਨਾ ਹੋਵੇ ਨਾ ਤੇ ਕਹਿਣਗੇ ਚੱਲ ਤੂੰ ਹੀ ਜਾਇਆ ਮੈਂ ਘਰ ਰਹਿਣਾ ਤੇ ਜੇ ਬੁਰੇ ਪਾਸੇ ਜਾਣਾ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਮੈਂ ਵੀ ਜਾਣਾ ਸੋ ਪਿਆਰਿਓ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ ਗੁਰੂ ਕੀ ਬਾਣੀ ਦਾ ਫੈਸਲਾ ਬੁਰੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਬੁਰੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਬੁਰੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਬੁਰੇ ਕੰਮਾਂ ਨੂੰ ਸ਼ੇਰ ਬਣ ਜਾਏ ਚੰਗਿਆਂ ਨੂੰ ਆਲਸ ਕਰੇ ਕੰਮਾਂ ਨੂੰ ਸ਼ੇਰ ਬਣ ਜਾਏ ਚੰਗਿਆਂ ਨੂੰ ਆਲਸ ਕਰੇ ਬੁਰੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਪਿਆਰੇ ਜੀ ਬੁਰਿਆਂ ਨੂੰ ਆ ਮੇਰੇ ਪਿਆਰੇ ਚੰਗਿਆਂ ਨੂੰ ਆਲਸ ਕਰੇ ਪਿਆਰੇ ਜੀ ਚੰਗੇ
ਬੁਰੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ। ਕਰੇ ਬੁਰਿਆਈ ਹੋਏ ਸ਼ੇਰ ਸ਼ੇਰ। ਆਓ ਪਿਆਰਿਓ, ਮਿਲਿਆ ਤਾਂ ਪਰਮਾਤਮਾ ਦੇ ਨਾਮ ਵਾਸਤੇ ਹੈ ਮਨੁੱਖਾ ਜਨਮ, ਪਰ ਆਪਾਂ ਗੁਆਰੇ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਐ ਮੇਰੇ ਮੌਲਾ, ਜੇ ਤੇਰੀ ਦੁਨੀਆ ਫਾਨੀ ਦੇਖੀ, ਆਨੀ ਜਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢਾਪਾ ਦੇਖਾ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਆਓ ਪਿਆਰਿਓ, ਬੁਢਾਪਾ ਕਿਹੋ ਜਿਹਾ ਆ ਗਿਆ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਬਿਰਧ ਕਿਹੋ ਜਿਹਾ ਪਿਆਰਿਓ, ਗੁਰੂ ਕੀ ਬਾਣੀ ਵਿੱਚ ਭਗਤ ਭੀਖਣ ਜੀ ਕਹਿੰਦੇ ਨੇ, ਬੰਦਿਆ ਹੁਣ ਤੋਂ ਰੱਬ ਦਾ ਨਾਂ ਨਹੀਂ ਲੈਂਦਾ, ਜਦੋਂ ਤੇਰੇ ਨੇਤਰਾਂ ਚੋਂ ਜਲ ਵਹਿ ਤੁਰਿਆ, ਸਰੀਰ ਤੇਰਾ ਕਮਜ਼ੋਰ ਹੋ ਗਿਆ, ਗਲੇ ਵਿੱਚੋਂ ਆਵਾਜ਼ ਨਿਕਲਣੀ ਬੰਦ ਹੋ ਗਈ, ਉਦੋਂ ਦੱਸ ਕੀ ਕਰੇਗਾ। ਆਓ, ਮਹਾਂਪੁਰਖ ਆਏ ਨੇ, ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲੇ, ਉਹਨਾਂ ਨੂੰ ਜਿਉਂ ਆਖਿਆ ਜਾਂਦਾ। ਆਓ ਪਿਆਰਿਓ, ਆਪਾਂ ਵਿਚਾਰ ਕਰ ਰਹੇ ਸਾਂ ਕਿ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਿ ਜਦੋਂ ਤੇਰੇ ਨੇਤਰਾਂ ਚੋਂ ਜਲ ਵਹਿ ਤੁਰਿਆ, ਨੈਨੋ ਨੀਰ ਵਹਿ ਤਨ ਖੇਨਾ, ਭਏ ਕੇਸ ਦੁਦਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ, ਅਬ ਕਿਆ ਕਰੈ ਪਰਾਨੀ, 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 ਅਬ ਕਿਆ ਕਰੈ, ਓ ਅਬ ਕਿਆ ਕਰੈ ਪਰਾਨੀ, ਅਬ ਕਿਆ ਕਰੈ ਪਰਾਨੀ, ਅਬ ਕਿਆ ਕਰੈ ਪਰਾਨੀ, ਅਬ ਕਿਆ ਕਰੈ ਪਰਾਨੀ, ਏ ਨੈਨੋ ਨੀਰ ਬਹਿ ਦੁਸਵਾਨੀ, ਭਏ ਕੇਸ ਦੁਦਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੈ,
अब क्या करे प्राणी दस फेर की करेगा हुण तो रब दा नाम नहीं लैंदा तेरे कोल रसन है तेरे कोल शरीर है ते फेर की करेगा जदों तेरी ए अवस्था हो गई। आओ प्यारे आपां बेनती कर रहे सा कि ए जेड़ा सानू मनुखा जन्म मिलया परमात्मा दी प्राप्ति वास्ते क्योंकि जिन्हां दी आपां याद मना रहे हैं ना प्यारे उन्होंने परमात्मा नू मनाया होया सी गज के आखो सतनाम श्री वाहिगुरु एवें यादां नहीं मनाईयां जांदियां ए यादां तां मनाईयां जा रहीयां ने इन्हां ने रब नू मनाया होया सी। आओ प्यारे ऐसे तत् बेता महापुरखां दे जीवन विचों आपां भी नकल मार के अपने सफे ते कुछ ना कुछ लिख लईए जिहड़ा सानूं सफा इक्को ही मिलिया है ना इन्हां दे जीवन वल वेख के नकल करना मतलब वेख के उन्हां दे जीवन विचों वेख के कुछ ना कुछ जरूर सीखिए। किसी ने लिखिया जिनका दिन मनाते हो उनकी इरशाद को समझो जिनका दिन मनाते हो उनकी बात को समझो ओ की बात पा के गए ने सानू की समझा के गए ने ओ समझा के गए ने गुरु की बाणी दी नाल आया लाह लैन प्राणी आया लाह लैन आया लाह लैन प्राणी आया लाह लैन ओ आया लाह लैन प्राणी आया लाह लैन आया लाह लैन प्राणी आया लाह ओ आया लाह लैन प्राणी आया लाह लैन आया लाह लैन प्राणी आया लैन आया लाह लैन तू आया लाह लैन ओ आया लाह लैन आया लाह ओ आया लाह लैन आया लाह लैन आया लाह लैन प्राणी आया लाह लैन आया लाह लैन प्राणी तू आया लाह लैन ओ आया लाह लैन प्राणी आया लाह लैन आया लाह लैन प्राणी आया लाह ओ आया लाह लैन प्राणी आया लाह लैन आया लाह लैन प्राणी आया लाह लैन प्राणी तू आया लाह लैन लगा के तको फटकड़े सब मुकदी चली रैण सी रैन गवाई सोए कै दिवस गवाया हीरे जैसा जन्म है कौड़ी बदले जाए। अगे लिखा नाम न जान्या राम का मूड़े फिर पाछे पछताहे रे। प्यारे एक ता हुंदा मूर्ख मूर्ख उहनू कहिंदे जिहनू कुछ पता ही ना होवे ते मूड़ा उहनू कहिंदे ने मन जाणे सब बात जिवें बोतल ते लिखिया हुंदा ना पीणी सेहत लई कह दिओ हानिकारक है ते फेर पींदा बंदा ओ मूर्ख नहीं ओ मूड़ा है। सौ वार मूर्ख कह दो ते एक वार मूड़ा कह दो बराबर आ जांदा जिहड़ा जाण बुझ के गलती करे उहनू मूड़ा आखिया गया। काहे की कुसलात हाथ दीप कुएं पर सारा कुछ जानदा होया फिर भी बुरे कम करदा गुरबाणी दा फरमान है।
मन ता जान दे सारिया पाता जान जाने अपन करे मन जान दे सारिया पाता जान जान अपन करे पता के नशा माड़ा है केनू नहीं पता निंदिया माड़ी है केनू नहीं पता चुगली माड़ी है प्यारे आओ ये आपां जानदे हैं सारे पर प्यारे जान के जे मन के चल पईए ना गुरु की सिख्या ते फेर गल बननी है जानन नू तो प्यारे ਆ ਨਿੱਕੀ ਨਿੱਕੀ ਚਿੱਪਾਂ ਚ ਕਿੰਨਾ ਕੁਝ ਭਰਿਆ ਹੋਇਆ ਆ ਮੋਬਾਈਲਾਂ ਵਿੱਚ ਕਿੰਨਾ ਕੁਝ ਭਰਿਆ ਹੋਇਆ ਜੇ ਤੇਰੇ ਵਿੱਚ ਭਰਿਆ ਹੋਇਆ ਤੇ ਭਰੇ ਨੂੰ ਕੀ ਹੈ ਜੇ ਤੂੰ ਇਹਦੇ ਮੁਤਾਬਕ ਚੱਲਣਾ ਹੀ ਨਹੀਂ ਜੇ ਤੂੰ ਮੰਨਣਾ ਹੀ ਨਹੀਂ ਪਿਆਰੇ ਗੁਰੂ ਨੇ ਆਖਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਮੰਨਣਾ ਕਿਵੇਂ ਹੈ वह प्रथम रहत जे जान खंडे की पहल शके सोई सिंह प्रधान अवरना पहल जो लवे पांच सिंह अमृत जो देवे ताको सिर तर शक पुन लेवे उन मिल पांचो रहत जो पाखे ताको दृढ़ कर मन में रखे प्यारे जे आपा गुरु दी मन्ना गुरु नू मन्ना गुरु दी भी मननी है ਗੁਰੂ ਨੂੰ ਮੰਨਦੇ ਆ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਗੁਰੂ ਦੀ ਵੀ ਮੰਨਦੇ ਆ ਕਿ ਨਹੀਂ ਗੁਰੂ ਪਿਆਰੇ ਜਿਨ੍ਹਾਂ ਦਾ ਮਨ ਮੰਨ ਗਿਆ ਆਓ ਇੱਕ ਧਾਰਨਾ ਪੜ ਕੇ ਆਪਾਂ ਸਮਾਪਤੀ ਕਰੀਏ ਕਿਉਂਕਿ ਮਹਾਂਪੁਰਖਾਂ ਦਾ ਸਮੇਂ ਬੜੀ ਕਿਰਪਾ ਹੈ ਮਹਾਂਪੁਰਖਾਂ ਉੱਤੇ ਬਹੁਤ ਰੰਗ ਲਾਉਂਦੇ ਨੇ ਬੜੀ ਬਖਸ਼ਿਸ਼ ਹੈ ਆਓ ਆਪਾਂ ਇੱਕ ਧਾਰਨਾ ਪੜ ਕੇ ਸਮਾਪਤੀ ਕਰੀਏ एक बेनती जिवें पिछले साल कीती सी के प्यारे जेड़ा व्याहां दा समागम है ना आप कुछ संगतां जरूर गईयां सी पर बहुतियां नहीं सी गईयां एक मार्च नूं बारन जेड़ा तुहाडा स्थान है ना उत्थे लोड़वंद बच्चियां दीयां शादियां ने ते शादियां भी ऐसियां बच्चियां 2009 च असीं शादी कीतियां 61 बच्चियां दीयां ते एक बजुर्ग आया कहन लगा बाबा जी मेरी मेरिया दो बेटियां ने मैं एड्रेस पूछा ने दस दिता सरपंच नू जानदा सब मैं पूछा जी इदा साडे कोल आया कहन लगे बाबा जी बहुत गरीब है ये दिहाड़ी करदा सी इहदे सट लग गई हुण इह काम नहीं कर सकदे इहदियां बच्चियां दो ने उही काम कुम करके गुजारा करदे ने कर दिओ विआह मैं हाँ कर दित्ती ते बजुर्ग रो पिया मैं बापू रोना कहनू है ਕਹਿੰਦਾ ਹੁਣ ਤੇ ਖੁਸ਼ੀ ਚ ਰੋਇਆ ਇੱਕ ਦਿਨ ਕਹਿੰਦਾ ਮੈਂ ਭਾਖੜਾ ਨਹਿਰ ਚ ਛਾਲ ਮਾਰਨ ਵਾਸਤੇ ਗਿਆ ਸਾਂ ਕਹਿੰਦਾ ਜੇ ਤਾਂ ਭਾਖੜਾ ਵੱਲ ਵੇਖਾਂ ਤੇ ਮਰਨ ਨੂੰ ਜੀ ਨਾ ਕਰੇ ਜੇ ਕੁੜੀਆਂ ਵੱਲ ਵੇਂਦਾ ਸਾਂ ਤੇ ਜਿਉਣ ਨੂੰ ਜੀ ਨਹੀਂ ਸੀ ਕਰਦਾ ਤੇ ਮਹਾਰਾਜ ਦੇ ਅਰਦਾਸ ਕੀਤੀ ਮਹੀਨਾ ਹੋ ਗਿਆ ਮਹਾਰਾਜ ਨੇ ਸੁਣ ਲਈ ਹੈ ਖੁਸ਼ੀ ਹੋਈ ਹੈ ਸੋ ਉਦੋਂ ਤੋਂ ਪਿਆਰੇ 2009 ਤੋਂ ਸੱਚੇ ਪਾਤਸ਼ਾਹ ਸੇਵਾ ਲੈ ਰਹੇ ਨੇ ਬੇਨਤੀ ਕੀਤੀ ਸੀ ਮਹਾਰਾਜ ਆਪ ਕਿਰਪਾ ਕਰਕੇ ਇਹ ਸੇਵਾ ਲੈ ਲੈਣੀ ਸਤਿਗੁਰੂ ਜੀ ਸੇਵਾ ਲੈ ਰਹੇ ਨੇ ਪਿਆਰੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਸੇਵਾਵਾਂ 'ਚ ਕੋਈ ਹਿੱਸਾ ਪਾਉਣਾ ਹੋਵੇ ਉਹ ਵੀ ਪਾ ਸਕਦੇ ਨੇ ਆਓ ਇੱਕ ਧਾਰਨਾ ਪੜ੍ਹ ਕੇ ਫਿਰ ਮਹਾਂਪੁਰਖਾਂ ਦਾ ਸਮਾਂ ਉਹਨਾਂ ਪਾਸੋਂ ਆਪਾਂ ਕੀਰਤਨ ਦੇ ਲਾਹੇ ਲੈਣੇ ਨੇ ਆਓ ਸਾਰੇ ਰਲ ਮਿਲ ਕੇ ਪੜ੍ਹੀਏ ਜੀ
ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਜੇ ਮਨ ਮੰਨ ਜਾਏ ਜੇ ਮਨ ਮੰਨ ਜਾਏ ਜੇ ਮਨ ਮੰਨ ਜਾਏ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਜੇ ਮਨ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜਾਏ ਓ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਭਾਵੇਂ ਮੁਖ ਦੁਆਰ ਜੇ ਮਨ ਮੰਨ ਜੇ ਜੇ ਮਨ ਮੰਨ ਜੇ ਸਾਡਾ ਮਨ ਮੰਨ ਮਨ ਨਾਲ ਹੀ ਝਗੜਾ ਤੇ ਮਨ ਨਾਲ ਹੀ ਸਾਡੀ ਬਾਤ ਹੈ। ਆਓ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਸਤਿਗੁਰੂ ਜੀ ਕਿਰਪਾ ਕਰਨ ਤੁਹਾਡਾ ਸਾਡਾ ਸਾਰਿਆਂ ਦਾ ਮਨ ਮੰਨ ਜਾਵੇ ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀਵਨ ਢਾਲੀਏ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਾਨੂੰ ਕਿਣਕਾ ਮਿਲ ਜਾਵੇ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਆਓ ਇਤਨੀ ਸੇਵਾ ਪ੍ਰਵਾਨ ਕਰਨੀ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੇ ਪ੍ਰਬੰਧਕ ਸਹਿਬਾਨਾਂ ਦਾ ਗੁਰੂ ਕੀਆਂ ਸੰਗਤਾਂ ਦਾ ਤੇ ਆਇਓ ਮਹਾਂਪੁਰਖਾਂ ਦਾ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ।